ਇਹ ਤਾਂ ਭਾਈ ਬਾਲਾ ਹਰਾਮੀ ਬੰਦਾ ਇੰਨਾ ਹਰਾਮੀ ਬੰਦਾ ਤਾਂ ਭਾਈ ਕੋਈ ਹੋਵੇ ਨਾ ਸੋ ਵੈਲਕਮ ਬੈਕ ਟੂ ਦੀ ਚੈਨਲ ਗਾਈਸ ਅੱਜ ਹੈਗਾ ਆਪਣਾ ਲਗਾਤਾਰ ਲਗਾਤਾਰ ਕਿਉਂ ਗੈਪ ਤਾਂ ਪੈ ਗਿਆ ਮੈਨੂੰ ਲੱਗਦਾ ਮੈਂ ਭੁੱਲ ਗਿਆ ਸੀਗਾ ਚੱਲ ਐਂ ਕਹਿ ਲੈਂਦੇ ਹਾਂ ਵੀ ਹੁਣ ਤੱਕ ਅਸੀਂ ਯੂਟਿਊਬ ਤੇ 650-700 ਵੀਡੀਓ ਪਾਤੀਆਂ ਹੋਣਗੀਆਂ ਤੇ ਹਰ ਥੋੜੇ ਟਾਈਮ ਬਾਅਦ ਤੁਹਾਨੂੰ ਮੈਂ ਗੱਲ ਕਹਿਣਾ ਹੁੰਦਾ ਕਿ ਅਸੀਂ ਨਾ ਯੂਟਿਊਬ ਤੇ ਆਪਦਾ ਸਿਰਫ ਤੁਹਾਨੂੰ ਚੰਗਾ ਚੰਗਾ ਪੱਖ ਦਿਖਾਉਂਦੇ ਹਾਂ ਕਦੇ ਵੀ ਤੁਹਾਨੂੰ ਮਾੜਾ ਪੱਖ ਨਹੀਂ ਦਿਖਾਇਆ ਸੋ ਕਦੇ ਇੱਦਾਂ ਇਨਫਲੂਐਂਸ ਨਹੀਂ ਹੋਣਾ ਕਿ ਇੰਨੀ ਜ਼ਿੰਦਗੀ ਦਾ ਭਾਈ ਬਹੁਤ ਵਧੀਆ ਬਸ ਤੁਹਾਨੂੰ ਆਦੀ ਦਿਖਾਉਣੀ ਬਹੁਤ ਵਧੀਆ ਜ਼ਿੰਦਗੀਆਂ ਨੇ ਤੂੰ ਹੁਣ ਚੁਟਕੀਆਂ ਮਾਰ ਲੈ ਯਾਰ ਪਹਿਲਾਂ ਚੁਟਕੀਆਂ ਮਾਰੀ ਜਾਂਦਾ ਹੋ ਰਹੀ ਯਾਰ ਕਿਆ ਗੱਲ ਆ ਕੋਈ ਤੇ ਬਾਕੀ ਸਭ ਬੜੀਆ ਹੈ ਤੇ ਅੱਜ ਨਾ ਇਹਦੇ ਸਵੇਰੇ ਉੱਠ ਕੇ ਪਹਿਲਾਂ ਅੱਜ ਬਾਲਾਂ ਤੇ ਲਾਈ ਸੀ ਮੱਖਣੀ ਸੁਣ ਸੁਣੇ ਵਾਲਾ ਬਾਬਾ ਆ ਗਿਆ ਉਹ ਵੀ ਚੁੱਪ ਕਰ ਗਿਆ ਕੀ ਚੱਕਦਾ ਪੁੱਤ ਗੋਦੀ ਨੀ ਚੱਕਦਾ ਚਾਚਾ ਕੋਈ ਨਾ ਚੱਕਦੇ ਪੁੱਤ ਮੈਂ ਹਲੇ ਸੁੱਤੀ ਪਈ ਉੱਠੀ ਸੀਗੀ ਚਾਹ ਵੀ ਅੱਜ ਦੀਦੀ ਹੋਣੀ ਘਰੇ ਆਏ ਨੇ ਉਹਨਾਂ ਦੇ ਨਾਲ ਪੀਤੀ ਇਹ ਦੀਦੀ ਹੋਣੀ ਆਏ ਨੇ ਇਹ ਆਲੀ ਚੌਂਕ ਤੋਂ ਇਹ ਮਦਰ ਨੇ ਤੇ ਇਹਨਾਂ ਦੇ ਡਾਟਰ ਨੇ ਇਹਨਾਂ ਦੀ ਬੁਟੀਕ ਆ ਟੱਟ ਫੈਸ਼ਨ ਬੁਟੀਕ ਸੋ ਇਹ ਉਹਦੇ ਲਈ ਆਏ ਨੇ ਤੇ ਕੁਛ ਕੱਪ ਦੇ ਡਿਜ਼ਾਈਨ ਨਾਲ ਲੈ ਕੇ ਆਏ ਨੇ ਜਿੱਦਾਂ ਆਹ ਪਿੰਕ ਇਹਦੇ ਉੱਤੇ ਔਰੇਂਜ ਆਰੀ ਵਰਕ ਤੇ ਹੈਂਡ ਵਰਕ ਕੀਤਾ ਹੋਇਆ ਤੇ ਇਹ ਮੈਨੂੰ ਸਪੈਸ਼ਲੀ ਜ਼ਿਆਦਾ ਸੋਹਣਾ ਲੱਗਿਆ ਸੂਟ ਆਹ ਕਮੀਜ਼ ਬਹੁਤ ਸੋਹਣਾ ਬਣਿਆ ਹੋਇਆ ਹਾਂਜੀ ਤੇ ਇੱਕ ਆਹ ਵਾਲਾ ਵਾ ਇਹ ਹੈਗਾ ਸੀ ਗ੍ਰੀਨ ਦੀਦੀ ਇਹਨੂੰ ਕੀ ਕਹਿੰਦੇ ਆ ਪੇਂਟ ਹੀ ਕੀਤਾ ਹੋਇਆ ਇਹ ਓਕੇ ਫਾਈਨ ਪੇਂਟ ਕੀਤਾ ਹੋਇਆ ਤੇ ਇਹ ਹੈਗਾ ਵਾ ਅਨਾਰਕਲੀ ਜਿਹੜਾ ਆਪਣਾ ਸਾਈਡ ਕੱਟ ਅਨਾਰਕਲੀ ਹੁੰਦਾ ਵਾ ਉਹ ਆ ਮਤਲਬ ਜਿਹੜਾ ਵੱਡੇ ਵੱਡੇ ਚੱਕ ਵਾਲਾ ਹੁੰਦਾ ਤੇ ਨਾਲ ਸਲਵਾਰ ਬਣੀ ਹੋਈ ਆ ਤੇ ਸੇਮ ਦੁਪੱਟਾ ਬਣਿਆ ਹੋਇਆ ਤੇ ਇੱਕ ਆ ਮਹਿੰਦੀ ਕਲਰ ਦਾ ਸੂਟ ਆ ਇਹਦੇ 'ਤੇ ਆ ਕੀਤਾ ਹੋਇਆ ਡੋਰੀ ਵਰਕ ਸੋ ਸੂਟ ਤੁਹਾਡੇ ਤਿੰਨੇ ਹੀ ਬਹੁਤ ਸੋਹਣੇ ਬਣਾਏ ਹੋਏ ਨੇ ਜੇ ਕਿਸੇ ਨੇ ਇੱਦਾਂ ਦੇ ਸੂਟ ਕਸਟਮਾਈਜ਼ ਕਰਾਉਣੇ ਆ ਤਾਂ ਦੀਦੀ ਨੂੰ ਕੰਟੈਕਟ ਕਰ ਲੈਣਾ ਇਹਨਾਂ ਦਾ ਨੀਚੇ ਮੈਂ ਇੰਸਟਾਗ੍ਰਾਮ ਦਾ ਲਿੰਕ ਵੀ ਪਾਊਂਗੀ ਡਿਸਕ੍ਰਿਪਸ਼ਨ 'ਚ ਅਤੇ ਸ਼ੋਅ ਵੀ ਕਰੂੰਗੀ ਅਤੇ ਇਹਨਾਂ ਦਾ ਇੱਕ ਕਾਰਡ ਆ ਉਹ ਵੀ ਮੈਂ ਸ਼ੋਅ ਕਰੂੰਗੀ ਠੀਕ ਆ ਦੀਦੀ ਜੀ ਥੈਂਕ ਯੂ ਸੋ ਮੱਚ ਆਉਣ ਲਈ ਸਾਡਾ ਨਾ ਮੈਂ ਕਹਿੰਦੀ ਹਾਂ ਹੋ ਹੀ ਗਏ 10-15 ਦਿਨ ਦਾ ਪਲਾਨ ਬਣਦਾ ਵੀ ਹਾਂਜੀ ਤੁਸੀਂ ਘਰੇ ਆ ਜਿਓ ਕੋਈ ਨਹੀਂ ਆਪਾਂ ਮਿਲਦੇ ਹਾਂ ਬਟ ਕਦੇ ਅਸੀਂ ਕਿਤੇ ਚਲੇ ਜਾਂਦੇ ਹਾਂ ਕਦੇ ਦੀਦੀ ਉਹਨਾਂ ਨੂੰ ਕੰਮ ਪੈ ਜਾਂਦਾ ਸੋ ਫਾਈਨਲੀ ਅੱਜ ਆਪਾਂ ਮਿਲ ਹੀ ਲਏ ਸੋ ਜਿਨ੍ਹਾਂ ਨੂੰ ਲੋੜ ਹੋਈ ਤੁਸੀਂ ਪਲੀਜ਼ ਕੰਟੈਕਟ ਕਰਿਓ ਬਾਕੀ ਜੋ ਵੀ ਹੋਊਗਾ ਆਪਾਂ ਤੁਹਾਡੇ ਨਾਲ ਇੰਸਟਾਗ੍ਰਾਮ 'ਤੇ ਜ਼ਰੂਰ ਸ਼ੇਅਰ ਕਰਾਂਗੇ ਇੱਕ ਦੋ ਚਾਰ ਮੈਂ ਜ਼ੋਰ ਮਾਰ ਲੱਗੇ ਵੀ ਤੇ ਜ਼ੋਰ ਲਾ ਰਿਹਾ ਪੰਜ ਤੁਸੀਂ ਇਹਦੇ ਲੱਤਾਂ ਤੋਂ ਖਾਣਾ ਲਾ ਦੇ ਚੱਲ ਚੱਲ ਨਾ ਦੱਸ ਇੰਨਾ ਸੀਰੀਅਸ ਕਿਉਂ ਹੋ ਗਿਆ ਮੇਰਾ ਪੁੱਤ ਇੰਨਾ ਸੀਰੀਅਸ ਕਿਉਂ ਹੋ ਗਿਆ ਮੇਰਾ ਪੁੱਤ ਇੰਨਾ ਸੀਰੀਅਸ ਕਿਉਂ ਹੋ ਗਿਆ ਤੂੰ ਬੋਲ ਤੂੰ ਸਾਰੀ ਉਮਰ ਆਪਣੇ ਮਾਂ ਪਿਓ ਕੋ ਪਿਆਰ ਕਰੇਗਾ ਬੋਲ ਬੋਲ ਕਹਦਾ ਸੋਚੂਗਾ ਜੇ ਜਾ ਟਾਈਮ ਹੋਊਗਾ ਅੱਜ ਕੱਲ ਅਕਸਰ ਸਾਡੇ ਤੋਂ ਪੁੱਛਿਆ ਜਾਂਦਾ ਵਾ ਵੀ ਰੈਗੂਲਰ ਵਲੌਗਸ ਕਿਉਂ ਨਹੀਂ ਆਉਂਦੇ ਤੁਸੀਂ ਆਪ ਹੀ ਦੇਖ ਲਓ ਕਈ ਵਾਰੇ ਨੂੰ ਸ਼ੇਰ ਪਤਾ ਨਹੀਂ ਕੀ ਹੋ ਜਾਂਦਾ ਲਗਾਤਾਰ 2-2 ਘੰਟੇ ਰੋਂਦਾ ਰਹਿੰਦਾ ਫਿਰ ਕੁਛ ਕਰ ਨੂੰ ਜੀ ਨਹੀਂ ਕਰਾਉਂਦਾ ਬਸ ਆਹੀ ਹੁੰਦਾ ਕਿ ਉਹ ਚੁੱਪ ਕਰ ਜੇ ਲੈ ਹੁਣ ਤੂੰ ਹੱਸਣ ਲੱਗ ਗਿਆ ਤੇਰਾ ਹੀ ਨਹੀਂ ਪਤਾ ਲੱਗਦਾ ਕਿਹਨੂੰ ਯਾਦ ਆ ਜਦੋਂ ਲਾਈਟ ਭੱਜ ਜਾਂਦੀ ਸੀ ਦੁਪਹਿਰੇ ਤਾਂ ਸਾਰਾ ਟੱਬਰ ਨਾ ਬਾਹਰ ਖੜੇ ਹੁੰਦਾ ਸੀਗਾ ਵੀ ਲਾਈਟ ਇੱਥੇ ਆਪਣੇ ਦਰਵਾਜ਼ਿਆਂ 'ਚ ਮੰਜੇ ਡਾਲੇ ਹੁੰਦੇ ਸੀਗੇ
कल काशी होना ने जोधा होना सवेर दे दुपहरा कर लिया फिर शाम कर ली फिर जाकर रात नूं 9:30 आए ते ओह हुण गए ने ते हुणे आपां व्लॉग ਸ਼ੁਰੂ ਕਰਦੇ ਹਾਂ ਦੁਬਾਰਾ ਤੋਂ ਫਿਰ ਹਾਂਜੀ ਆ ਦੇਖੋ ਕਿਵੇਂ ਦੇਖਦਾ ਇਹਨੂੰ ਨਾ ਕਲਰ ਟੈਚੀ ਦਾ ਇਹਨੂੰ ਕਲਰ ਬਹੁਤ ਅਟਰੈਕਟ ਕਰਦਾ ਜਦੋਂ ਇੱਥੇ ਆਉਂਦਾ ਇਹਨੂੰ ਦੇਖ ਇਹ ਆਪਾਂ ਤੈਨੂੰ ਦੇਣਾ ਬੈਗ ਹਾਂ ਤੇਰੇ ਕੱਪੜੇ ਆਪਾਂ ਇਹ ਚ ਹੀ ਪਾਇਆ ਕਰਨੇ ਆ ਓਕੇ ਹਾਂਜੀ ਫਿਰ ਇਹਨੂੰ ਦੇਖੀ ਜਾਇਆ ਕਰੀ ਮੈਨੂੰ ਲੱਗਦਾ ਜੀ ਆਪਾਂ ਇਹਦੇ ਨਾਲ ਵਲੌਗ ਬਣਾਉਣਾ ਨਾ ਫਰੰਟ ਕੈਮਰਾ ਕਰਕੇ ਬਣਾ ਹੋਇਆ ਕਰੂ ਸਹੀ ਗੱਲ ਆ ਦੇਖੋ ਜੇ ਫਰੰਟ ਕੈਮਰਾ ਕਰ ਲਈਏ ਫਿਰ ਦੇਖਦਾ ਵਾ ਚਲੋ ਜੀ ਹੁਣ ਕਹਾਂ ਪੌੜੀਆਂ ਆ ਗਈਆਂ ਹੁਣ ਆਪਾਂ ਉੱਤਰ ਕੇ ਵਲੌਗ ਸ਼ੁਰੂ ਕਰਦੇ ਹਾਂ ਝੂਟਿਆਂ ਦਾ ਟਾਈਮ ਹੋ ਗਿਆ ਤੇਰਾ ਝੂਟਿਆਂ ਦਾ ਟਾਈਮ ਹੋ ਗਿਆ ਸੀਗਾ ਹੱਸ ਕੇ ਖਾਈ ਹੱਸ ਕੇ ਖਾ ਦੇ ਹੱਸ ਕੇ ਖਾ ਦੋ ਹੱਸ ਕੇ ਖਾ ਦੋ ਮੈਨੂੰ ਅੱਛੀ ਅੱਛੀ ਅੱਛੇ 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 ਰੋਟੀ ਪਾਣੀ ਖਾ ਲਿਆ ਅੱਜ ਬ੍ਰੇਕਫਾਸਟ ਚਨਿਆਂ ਦੀ ਸਬਜ਼ੀ ਸੀ ਨਾਲ ਪੂਰੀਆਂ ਹੋ ਜਾਂਦੀਆਂ ਨਾ ਸਵਾਦ ਆ ਜਾਂਦਾ ਹੁਣ ਦੁਪਹਿਰੇ ਪੂਰੀਆਂ ਬਣਾ ਲਿਆ ਤੇ ਬਾਕੀ ਲੱਸੀ ਲੱਸੀ ਅੱਜ ਬਣਾਈ ਲੱਸੀ ਤੋਂ ਬਿਨਾ ਦੁਨੀਆ ਨਸ਼ਟ ਹੋ ਸਕਦੀ ਹੈ ਥੋੜੀ ਹੋ ਸਕਦੀ ਹੈ ਸਾਡੀ ਨਹੀਂ ਰੋਟੀ ਚਾਹੇ ਕਟਿਆ ਵੀ ਘੱਟ ਬਣਾ ਲਿਆ ਕਰੋ ਪਰ ਲੱਸੀ ਜ਼ਰੂਰੀ ਹੈ ਸੱਚੀਆਂ ਨਹੀਂ ਅੱਜ ਹੀ ਨਹੀਂ ਬਣਾਈ ਨਹੀਂ ਤਾਂ ਆਪਣੇ ਡੇਲੀ ਬਣੀ ਹੁੰਦੀ ਆ ਕਦੇ ਕਦੇ ਸਟੈਪ ਵੀ ਕਰਨੀ ਚਾਹੀਦੀ ਰਾਤ ਨੂੰ ਭੰਨੇ ਹੋਏ ਸਰੀਰ ਦੀ ਤੋੜ ਲੱਸੀ ਗਰਮੀ ਚ ਗਰਮੀ ਦਾ ਨਿਚੋੜ ਲੱਸੀ ਲੱਸੀ ਬਿਨਾ ਜ਼ਿੰਦਗੀ ਚ ਹੈ ਕੀ ਯਾਰ ਅੱਛਾ ਸੋ ਲੈ ਲੈਣ ਦੀ ਗੱਲ ਲੈ ਲੈਣ ਕਾ ਹੈ ਲੈਂਟਾ ਵੀ ਮੋਕ ਗਿਆ ਕੱਲ ਪਾਣੀ ਪੀ ਲੋ ਦਾਦੂ ਨੇ ਟਰੈਕਟਰ ਤੇ ਬਾਤਾ ਸੀ ਦਾਦੂ ਨੇ ਟਰੈਕਟਰ ਤੇ ਬਾਤਾ ਸੀ ਕੀ ਕਰਦਾ ਸੀ ਤੂੰ ਟਰੈਕਟਰ ਤੇ ਬਹਿ ਕੇ ਹਾਲੇ ਤੱਕ ਸਾਡੀ ਘਰ ਵਾਲੀ ਸਲਾਹ ਫਾਈਨਲ ਨਹੀਂ ਹੋਈ ਨਕਸ਼ਾ ਅਜੇ ਤੱਕ ਪਾਸ ਨਹੀਂ ਹੋਇਆ ਬੁਲਾ ਡੈਡੀ ਤੁਹਾਡੀ ਗੱਲ ਸਹੀ ਜਾ ਰਹੀ ਹੈ ਰਾਤ ਹਰਮਨ ਮੇਰਾ ਨੇ ਨਕਸ਼ੇ ਨੂੰ ਮੰਨ ਗਿਆ ਸੀਗਾ ਸਵੇਰ ਨੂੰ ਹੁਣ ਫੋਨ ਆਇਆ ਫਿਰ ਮੈਂ ਇੱਕ ਕਮਰਾ ਹੋਰ ਵਧਾ ਲਈ ਮੈਂ ਕਿਹਾ ਐਂ ਤਾਂ ਔਖਾ ਯਾਰ ਆਪਾਂ ਨਕਸ਼ਾ ਹੋਰ ਹੁਣ ਬਣ ਤੇ ਬਾਕੀ ਮੈਂ ਤੇ ਪਵਨ ਹੁਣ ਚੱਲੇ ਆਂ ਸ਼ਹਿਰ ਨੂੰ ਰਣਸ਼ੀਰ ਦਾ ਸ਼ੈਂਪੂ ਸ਼ੈਂਪੂ ਪਾਊਡਰ ਪਾਊਡਰ ਸਾਰਾ ਕੁਝ ਮੁੱਕ ਗਿਆ ਉਹ ਲੈ ਕੇ ਆਉਣਾ ਮੈਂ ਕਿਉਂ ਜੀ ਤੇ ਨਾਲੇ ਪਾਰਟੀ ਕਰਕੇ ਆਉਣੀ ਆ ਮੈਂ ਤੇ ਕਾਸ਼ਿੰਦ ਕੱਲ ਰਾਤ ਪਾਰਟੀ ਕਰਨੀ ਸੀਗੀ ਤੇ ਹੁਣ ਪਵਨ ਨੂੰ ਵੀ ਥੋੜੀ ਪਾਰਟੀ ਕਰਨ ਲੱਗਾ ਕਿਉਂਕਿ ਮੈਂ ਚਾਚਾ ਬਣ ਗਿਆ ਮਾਸਟਰ ਦੇ ਕੋਲੇ ਮਾਸਟਰ ਕੋਲੇ ਆਪਣੇ ਮੁੰਡਾ ਹੋਇਆ ਕੈਨੇਡਾ ਕਿਤਾ ਪਾਰਟੀ ਇੱਧਰ ਵੀ ਹੋਊ ਹੈ ਤੁਸੀਂ ਜੀ ਰਾਤ ਮੇਰੇ ਨਾਲ ਕਰਦਾ ਲਈ ਪਰਣ ਸ਼ੇਰ ਦਾ ਸਮਾਨ ਹੁਣ ਪਹਿਲਾਂ ਅਸੀਂ ਪਿਕ ਐਂਡ ਮੂਵ ਤੇ ਦੇਖਦੇ ਆ ਮੇਬੀ ਉੱਥੇ ਆ ਨਹਾਉਣ ਵਾਲਾ ਤਾਂ ਹੁੰਦਾ ਵਾ ਬਸ ਮੈਨੂੰ ਕ੍ਰੈਸ਼ ਕਰੀਮ ਦਾ ਡਰ ਆ ਵੀ ਉੱਥੋਂ ਮਿਲੂਗੀ ਕਿ ਨਹੀਂ ਮਿਲੂਗੀ ਜੇ ਮਿਲ ਗਈ ਤਾਂ ਵਧੀਆ ਜੇ ਨਹੀਂ ਮਿਲੂਗੀ ਫਿਰ ਆਪਾਂ ਗਾਹਾਂ ਸ਼ਹਿਰੋਂ ਲੈ ਆਵਾਂਗੇ ਜਿਹੜਾ ਸਮਾਨ ਇੱਥੋਂ ਮਿਲੂ ਇੱਥੋਂ ਲੈ ਲਾਂਗੇ ਠੀਕ ਆ ਜੀ ਪਿਕ ਐਂਡ ਮੂਵ ਮਤਲਬ ਸਾਡੇ ਜੋਧਾ ਤੁਸੀਂ ਹਾਂਜੀ ਸਾਡਾ ਗਰੋਸਰੀ ਸਟੋਰ ਤੁਸੀਂ ਜਾਣਦੇ ਹੀ ਹੋ ਅਸੀਂ ਅਕਸਰ ਉੱਥੇ ਆਉਂਦੇ ਜਾਂਦੇ ਰਹਿੰਦੇ ਆ ਜਨਾਬ ਜੀ ਖੁਸ਼ ਹੋ ਹੁਣ ਬਾਹਰ ਆ ਕੇ ਸੌਂਗਾ ਹੁਣ ਇਹਨੂੰ ਹੋ ਗਿਆ ਸੁੱਤੇ ਪਏ ਉੱਠੇ ਨੂੰ 2:30 ਘੰਟੇ ਹੋ ਗਏ ਹਾਂ ਇਹਨੂੰ ਇੱਧਰ ਕਰਦੀ ਆ ਪਿੰਦਰ ਨੇ ਸਾਂਭ ਲਿਆ ਰਣਸ਼ੇਰ ਨੂੰ ਤੇ ਹੁਣ ਮੈਂ ਲੈ ਲਾ ਰਣਸ਼ੇਰ ਦਾ ਤੇਲ ਤੋਂ ਸਾਰਾ ਕੁਝ ਇੱਥੇ ਤਾਂ ਸਾਰਾ ਕੁਝ ਹੀ ਪਿਆ ਵਾ ਲੋਸ਼ਨ ਵੀ ਸ਼ੈਂਪੂ ਵੀ ਪਾਊਡਰ ਵੀ ਰੈਸ਼ ਕਰੀਮ ਵੀ ਸੋ ਆਪਣਾ ਲੁਧਿਆਣੇ ਗੇੜਾ ਬਚ ਗਿਆ ਵਧੀਆ ਗੱਲ ਹੋ ਗਈ ਬਟ ਅਸੀਂ ਖਾਣ ਪੀਣ ਜਾਵਾਂਗੇ ਪਵਨ ਉਹ ਖਾਣਾ ਪੀਣਾ ਵੀ ਇੱਥੇ ਹੀ ਮੁਕਾ ਸਕਦੇ ਆ ਕਾਹਨੂੰ ਸ਼ਹਿਰ ਜਾਣਾ ਸੜਕ ਦੇ ਮਾੜੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਲੁਧਿਆਣੇ ਜਾਣ ਦਾ ਪਲਾਨ ਵੀ ਕੈਨਸਲ ਕਰਤਾ ਇਹ ਸੋਚਿਆ ਅਸੀਂ ਗੱਲਾਂ ਚੱਲਦੇ ਹਾਂ ਗੱਲਾਂ ਅੱਜ ਕੋਈ ਨਵੀਂ ਚੀਜ਼ ਐਕਸਪਲੋਰ ਕਰਦੇ ਹਾਂ ਮਤਲਬ ਪੁਰਾਣੀ ਚੀਜ਼ ਐਕਸਪਲੋਰ ਕਰਦੇ ਹਾਂ ਗੱਲਾਂ ਤੱਕ ਸਾਰਾ ਰਾਹ ਨਾਲੇ ਪੂਰਾ ਵਧੀਆ ਵਾ ਟਿਪ ਟਾਪ ਰਾਹ ਨਾਲੇ ਸਾਡਾ ਰਣਸ਼ੀਰ ਸੌਂ ਗਿਆ ਅਸੀਂ ਨੇੜੇ ਹੀ ਮੁੜ ਆਵਾਂਗੇ ਫਿਰ ਹਾਂਜੀ ਤੂੰ ਕਿੱਥੇ ਆ ਗਿਆ ਸੀ ਕੀ ਦੇਖਦਾ ਸੀ ਤੂੰ ਇਹ ਕਹਿੰਦਾ ਉਹ ਸ਼ੁਕਰ ਅੱਜ ਮੈਨੂੰ ਵੀ ਕਮਰੇ ਤੋਂ ਬਿਨਾ ਕੁਝ ਹੋਰ ਪਤਾ ਹੈ ਮੈਂ ਜਦੋਂ ਇਹ ਬਾਹਰ ਆ ਜਾਂਦਾ ਫਿਰ ਇਹ ਬਹੁਤ ਦੁਨੀਆ ਦੇਖਦਾ ਹੁਣ ਇੱਧਰ ਬਾਹਰ ਨੂੰ ਦੇਖੀ ਜਾਂਦਾ ਗੱਟੀਆਂ ਦੀ ਨਹੀਂ ਇਹਨੂੰ ਚੱਲਦੀ ਰਣਸ਼ੇਰ ਇਹ ਕਹਿੰਦਾ ਸੁੱਤਾ ਪਿਆ ਫਿਰ ਮੈਂ ਕਿੱਥੇ ਆ ਗਿਆ ਰਣਸ਼ੇਰ ਅੱਜ ਮੈਂ ਤੇ ਪਵਨ ਸਵੇਰ ਦੇ ਪਲਾਨ ਕਰੀ ਜਾਂਦੇ ਸੀਗੇ ਆਹ ਖਾਣ ਜਾਵਾਂਗੇ ਆਹ ਖਾਣ ਜਾਵਾਂਗੇ ਆਹ ਖਾਣ ਜਾਵਾਂਗੇ ਪਰ ਲਾਸਟ ਤੇ ਫੇਰ ਸਾਡਾ ਰੈਪੀ ਮੈਂ ਕਿਹਾ
ਅੱਜ ਤਾਂ ਮਾਂ ਦੇ ਪੁੱਤ ਨੇ ਖਾਣ ਨੂੰ ਦਿੱਤਾ ਟੇਕੇ ਆ ਗਿੱਲਾਂ ਵਾਲੇ ਮੈਕੜੇ ਦਾ ਨਾ ਸਟਾਫ ਬਹੁਤ ਵਧੀਆ ਪਿਛਲੀ ਵਾਰ ਅਸੀਂ ਤੇ ਚੈਲੰਜ ਕੀਤਾ ਸੀਗਾ ਅੱਜ ਜਦੋਂ ਇਹ ਰੋਣ ਲੱਗ ਗਿਆ ਮੈਡਮ ਸਪੈਸ਼ਲੀ ਆਈ ਕਹਿੰਦੇ ਤੁਸੀਂ ਖਾ ਲਓ ਮੈਂ ਫੜ ਲੈਣੀ ਆ ਹੈ ਵੱਡੇ ਟਿੱਡਾ ਜਿਹਾ ਜਾਵੇ ਨਾ ਚਲੋ ਤੇਰੀ ਚਲੋ ਵਧੀਆ ਵਾ ਇੱਥੇ ਸਟਾਫ ਬਹੁਤ ਵਧੀਆ ਵਾ ਚਲੋ ਵੀ ਲੈਟਸ ਗੋ ਬੈਕ ਟੂ ਹੋਮ ਕੋਈ ਨਾ ਖੜਕਾ ਸੰਤੂ ਸਿਮਰਨ ਦੇ ਕਹਿਣ ਸਾਨੂੰ ਘਰੇ ਆਇਆਂ ਨੂੰ ਹੋ ਗਿਆ ਘੰਟਾ ਡੇਢ ਘੰਟਾ ਜਦੋਂ ਅਸੀਂ ਘਰੇ ਆਇਆ ਸੀ ਘਰੇ ਆ ਕੇ ਯੂਟਿਊਬ 'ਤੇ ਲਾਈਵ ਹੋਏ ਸੀਗੇ ਪਹਿਲੀ ਵਾਰ ਰਣਸ਼ੇਰ ਨਾਲ ਲਾਈਵ ਹੋਏ ਸੀ ਰਣਸ਼ੇਰ ਨੇ ਵੀ ਕਾਫੀ ਗੱਲਾਂ ਬਾਤਾਂ ਜਿਹੀਆਂ ਮਾਰੀਆਂ ਕਾਫੀ ਆਪਦੇ ਇਸ਼ਾਰੇ ਜਿਹੇ ਕੀਤੇ ਜਿਨ੍ਹਾਂ ਨੇ ਕੱਲ੍ਹ ਲਾਈਵ ਨਹੀਂ ਦੇਖਿਆ ਜ਼ਰੂਰ ਜਾ ਕੇ ਦੇਖਿਓ ਅੱਧਾ ਘੰਟਾ ਦੀ ਲਾਈਵ ਹੋ ਪਾਇਆ ਸੀਗਾ ਕਿਉਂਕਿ ਉਦੋਂ ਬਾਅਦ 'ਚ ਫਿਰ ਰੋਣ ਲੱਗ ਗਿਆ ਜਦੋਂ ਇੱਕ ਵਾਰੀ ਇਰੀਟੇਟ ਹੋ ਜਾਵੇ ਅਤੇ ਉਦੋਂ ਬਾਅਦ 'ਚ ਫਿਰ ਗੱਲ ਨਹੀਂ ਬਣਦੀ ਹੁਣ ਬਸ ਇਹਦੀ ਸੌਣ ਦੀ ਤਿਆਰੀ ਹੈ ਤਾਂ ਹੀ ਕਮਰੇ ਦੀਆਂ ਲਾਈਟਾਂ ਬੰਦ ਕੀਤੀਆਂ ਹੋਈਆਂ ਬਸ ਆਹੀ ਤਿੰਨ ਛੋਟੀਆਂ ਲਾਈਟਾਂ ਲਾਈਆਂ ਨੇ ਕਿਉਂਕਿ ਹੁਣ ਇਹਨੂੰ ਲਾਈਟ ਤੋਂ ਵੀ ਪ੍ਰੋਬਲਮ ਆ ਹੁਣ ਇਹਨੂੰ ਖੜਕੇ ਤੋਂ ਵੀ ਪ੍ਰੋਬਲਮ ਆ ਸੋ ਆਪਾਂ ਐਂ ਕਰਦੇ ਹਾਂ ਆਹ ਵਲੋਗ ਕਰਦੇ ਹੁਣ ਇੱਥੇ ਐਂਡ ਜੇ ਵਲੋਗ ਵਧੀਆ ਲੱਗਿਆ ਵਲੋਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਅਤੇ ਹੁਣ ਕੋਸ਼ਿਸ਼ ਕਰੂੰਗਾ ਕਿ ਵਲੋਗ ਸਾਰੇ ਰੈਗੂਲਰ ਹੀ ਆਉਣ ਬਾਏ ਬਾਏ।